ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਵੱਲੋਂ ਕੱਲ੍ਹ ਸੇਵਾ ਦੀ ਮਹਾਨਤਾ ਵਿਸ਼ੇ ਤੇ ਵਿਚਾਰ ਗੋਸ਼ਟੀ ਤੇ ਸਨਮਾਨ ਸਮਾਗਮ ਕਰਵਾਇਆ ਜਾਏਗਾ। ਇਸ ਦੌਰਾਨ ਸੰਤ ਬਾਬਾ ਨਰਿੰਦਰ ਸਿੰਘ ਜੀ ਕਾਰ ਸੇਵਾ ਲੰਗਰ ਸਾਹਿਬ ਡੇਰਾ ਬਾਬਾ ਨਿਦਾਨ ਸਿੰਘ ਜੀ ਹਜ਼ੂਰ ਸਾਹਿਬ ਵਾਲੇ ਖਾਸ ਤੌਰ ਤੇ ਪਟਿਆਲਾ ਪਹੁੰਚ ਰਹੇ ਨੇ। ਉਨ੍ਹਾਂ ਵੱਲੋਂ ਚਲਾਈ ਗਈ ਹਰੀ ਕ੍ਰਾਂਤੀ ਮੁਹਿੰਮ ਦੇ ਤਹਿਤ ਸ੍ਰੀ ਗੁਰੂ ਹਰਿਕ੍ਰਿਸ਼ਨ ਵਿਦਿਅਕ ਅਦਾਰਿਆਂ ਵਿੱਚ ਪੇੜ ਪੌਦੇ ਵੀ ਲਗਾਏ ਜਾਣਗੇ। ਕੋਹੋਟਾ ਪੋਠੋਹਾਰ ਐਸੋਸੀਏਸ਼ਨ ਵੱਲੋਂ ਦਿੱਲੀ ਦੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਇੱਕ ਅਹਿਮ ਬੈਠਕ ਕੀਤੀ ਗਈ। ਇਸ ਬੈਠਕ ਵਿੱਚ ਐਸੋਸੀਏਸ਼ਨ ਦੀਆਂ ਭਵਿੱਖ ਦੀਆਂ ਰਣਨੀਤੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਐਸੋਸੀਏਸ਼ਨ ਦੇ ਵੱਲੋਂ ਅਕਤੂਬਰ ਮਹੀਨੇ ਵਿੱਚ ਕਰਵਾਏ ਜਾਣ ਵਾਲੇ ਰਾਸ਼ਟਰੀ ਪੱਧਰੀ ਸਮਾਗਮ ਤੇ ਵੀ ਗੱਲਬਾਤ ਕੀਤੀ ਗਈ। ਸਤਿ ਸ਼੍ਰੀ ਅਕਾਲ। ਅਤੇ ਜਦੋਂ ਮੈਂ ਸੋਚਦਾ ਵੀ ਮੇਰੇ ਕੋਲ ਇੰਨੀਆਂ ਮਹਾਨ ਹਸਤੀਆਂ, ਇੰਨਾ ਮੇਰੇ ਕੋਲ ਰਿਚ ਹੈਰੀਟੇਜ ਹੈ, ਅਤੇ ਫਿਰ ਬਖਸ਼ੀ ਜਗਦੇਵ ਸਿੰਘ ਜੀ ਦਾ ਤਾਂ ਦੇਖੋ ਕੱਲ੍ਹ ਦੀ ਗੱਲ ਹੈ, ਔਰ ਉਸ ਤੋਂ ਬਾਅਦ ਭਾਵੇਂ ਮੈਂ ਬਖਸ਼ੀ ਲੋਚਨ ਸਿੰਘ ਜੀ ਦਾ ਬਹੁਤਾ ਨੇੜੇ ਨਹੀਂ ਕਦੇ ਹੋਇਆ, ਲੇਕਿਨ ਮੈਨੂੰ ਪਤਾ ਇਹਨਾਂ ਦਾ ਜ਼ਰੂਰ। ਬਾਕੀ ਮੈਨੂੰ ਯਾਦ ਹੈ ਇਹਨਾਂ ਦੇ ਦਲੀਪ ਸਿੰਘ ਜੀ ਬਿਜਲੀ ਵਾਲੇ ਦੁਕਾਨ 'ਤੇ ਮੈਂ ਛੋਟਾ ਹੁੰਦਾ ਸੀ ਅਤੇ ਬਾਬਾ ਜੀ ਮਿਲਣ ਜਾਂਦੇ ਸੀ, ਅਸੀਂ ਕਦੇ ਵੀ ਦਿੱਲੀ ਆਉਣਾ ਉਹਨਾਂ ਨੂੰ ਮਿਲੇ ਬਗੈਰ ਨਹੀਂ ਜਾਣਾ। ਤਾਂ ਇਟ ਮੀਨਸ ਕਿ ਕਿੰਨੇ ਉਹਨਾਂ ਦੀ ਸ਼ਖਸੀਅਤ ਹੋਏਗੀ ਔਰ ਕਿੰਨੀ ਵੱਡੀ ਉਹਨਾਂ ਦੀ ਗੱਲ ਹੋਏਗੀ, ਔਰ ਇਹ ਪ੍ਰਧਾਨ ਬਣਨ ਦਿੱਲੀ ਕਮੇਟੀ ਦੇ ਅਤੇ ਮੇਰੇ ਘਰ ਆ ਕੇ ਕਹਿਣ ਬਾਈ ਤੂੰ ਘੋਟੇ ਦਾ ਤਾਂ ਤੇਰੇ ਘਰ ਆਇਆ ਮੈਂ, ਕਿੰਨੀ ਵੱਡੀ ਗੱਲ ਹੈ ਇਹ ਇਹਨਾਂ ਦੀ ਗ੍ਰੇਟਨੈਸ। ਦੇਖੋ ਪੁਰਾਣੇ ਬੰਦੇ ਤੁਹਾਨੂੰ ਦੱਸਣਗੇ, ਇਹ ਸਾਨੂੰ ਨਾ ਪ੍ਰੇਰਣਾ ਲੈਣੀ ਚਾਹੀਦੀ ਹੈ। ਮੇਰੇ ਉੱਤੇ ਦੇਖੋ ਸਤਿਗੁਰੂ ਨੇ ਚੈਨਲ ਦਿੱਤਾ, ਬੰਗਲਾ ਸਾਹਿਬ ਦੀ ਸੇਵਾ ਦਿੱਤੀ ਹੈ, ਮੇਰੀ ਇੱਕੋ ਇੱਛਾ ਹੈ ਵੀ ਇਹ ਸਾਰੇ ਘੋਟੇ ਦੇ ਸਿੱਖਾਂ ਨੂੰ ਆਪਾਂ ਇੱਕ ਲੜੀ 'ਚ ਪਰੋ ਕੇ ਇਹ ਵਿਰਸੇ ਨੂੰ ਸੰਭਾਲ ਲਈਏ। ਆਪਾਂ ਇਸ ਵਾਸਤੇ ਇੱਕ ਤਾਂ ਪਲੈਨ ਕੀਤਾ ਸੀ ਕਿ 400-500 ਬੰਦੇ ਸਾਰੇ ਇੰਡੀਆ 'ਚੋਂ ਬੁਲਾ ਕੇ ਅਤੇ ਇੱਥੇ ਕਾਨਫਰੰਸ ਕਰੀਏ। ਜਗ੍ਹਾ ਦੱਸ ਦੇਣ, ਕੁਆਤੜਾ ਸਾਹਿਬ ਮਾਤਾ ਸੁੰਦਰੀ ਠੀਕ ਹੈ ਕਾਲਜ, ਜਾਂ ਰਜੌਰੀ ਗਾਰਡਨ ਠੀਕ ਹੈ, ਜਿੱਥੇ ਵੀ ਮਿਲਦੀ ਹੈ ਜਗ੍ਹਾ, ਜਿੱਥੇ ਵੀ ਠੀਕ ਸਮਝੋ ਆਪਣਾ ਫੈਸਲਾ ਕਰਕੇ। ਅਤੇ ਮੈਨੂੰ ਸਭ ਤੋਂ ਵੱਡੀ ਖੁਸ਼ੀ ਉਦੋਂ ਹੋਈ ਹੈ ਜਦੋਂ ਸਰਦਾਰਨੀ ਮਨਦੀਪ ਕੌਰ ਜੋ ਇਸਤਰੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਨੇ, ਇਹਨਾਂ ਦੇ ਸਰਦਾਰ ਸਾਹਿਬ ਹਸਬੈਂਡ ਸਰਦਾਰ ਪਰਮਜੀਤ ਸਿੰਘ ਜੀ ਨਾਲ ਗੱਲ ਕੀਤੀ, ਉਹ ਕਹਿਣ ਲੱਗੇ ਬਰਾਦਰੀ ਕਾਨਫਰੰਸ ਕਰੇ, ਸਾਰਾ ਖਰਚਾ ਮੈਂ ਕਰਾਂਗਾ। ਅੱਜ ਵੀ ਉਹਨਾਂ ਨੇ ਮੈਨੂੰ ਸਵੇਰੇ ਕਿਹਾ ਬਸ ਤੁਸੀਂ ਫੈਸਲਾ ਕਰ ਲਓ ਕਿੱਥੇ ਕਰ ਰਹੇ ਹਾਂ, ਕੀ ਕਰਨਾ, ਅਤੇ ਲੰਚ ਦਾ ਸਾਰਾ ਖਰਚਾ ਹੋਰ ਵੀ ਜੇ ਕਹੋਗੇ ਉਹ ਵੀ ਮੈਂ ਕਰਾਂਗਾ। ਮੈਂ ਕਿਹਾ ਕੋਈ ਨਹੀਂ ਬਰਾਦਰੀ ਵੀ ਥੋੜ੍ਹਾ ਬਹੁਤ ਹਿੱਸਾ ਪਾਏਗੀ, ਤੁਸੀਂ ਆਪਣਾ ਲੰਚ ਦਾ ਤੁਸੀਂ ਕਰ ਲਓ, ਅਸੀਂ ਬੱਸਾਂ ਲੈ ਆਵਾਂਗੇ, ਪਟਿਆਲੇ ਤੋਂ ਵੀ ਬੱਸ ਆ ਜਾਏਗੀ, ਚੰਡੀਗੜ੍ਹ ਤੋਂ ਵੀ ਸੰਗਤ ਆ ਜਾਏਗੀ, ਬਾਕੀ ਸ਼ਹਿਰਾਂ 'ਚ ਰੁੜਕੀ ਅੱਗੇ ਜਿੱਥੇ ਜਿੱਥੇ ਵੀ ਬੰਦੇ ਆਪਣੇ ਬੈਠੇ ਨੇ ਆਪਾਂ 2 ਮਹੀਨੇ ਮਿਹਨਤ ਕਰਕੇ ਉਹਨਾਂ ਨੂੰ ਮੈਸੇਜ ਭੇਜੀਏ, 300-400 ਬੰਦਾ ਜਿੰਨਾ ਵੀ ਇਕੱਠਾ ਹੋ ਸਕੇ, ਅਤੇ ਆਪਾਂ ਉਹਨੂੰ ਜਿਸ ਢੰਗ ਨਾਲ ਕਰਨਾ ਅੱਜ ਫੈਸਲਾ ਕਰ ਲਿਆ ਜਾਏ। ਔਰ ਮੈਂ ਸਾਰਿਆਂ ਦੇ ਹੀ ਸੁਝਾਅ ਅਸੀਂ ਲਵਾਂਗੇ ਕਿ ਜਿਸ ਤਰ੍ਹਾਂ ਵੀ ਪ੍ਰਧਾਨ ਸਾਹਿਬ ਜਾਂ ਇੱਥੋਂ ਲੋਕਲ ਕਮੇਟੀ ਤੁਹਾਡੀ ਫੈਸਲਾ ਕਰੇ, ਅਸੀਂ ਤਾਂ ਦੇਖੋ ਆਵਾਂਗੇ ਬਾਹਰੋਂ, ਅਤੇ ਕਾਨਫਰੰਸ ਦਾ ਸਾਨੂੰ ਦਿੱਲੀ ਗੁਰਦੁਆਰਾ ਕਮੇਟੀ ਪੂਰਾ ਸਹਿਯੋਗ ਦੇਵੇਗੀ। ਇਹਨਾਂ ਕੋਲੋਂ ਆਪਾਂ ਨੂੰ ਹਰ ਤਰ੍ਹਾਂ ਦੀ ਅੱਜ ਵੀ ਸਪੋਰਟ ਮਿਲ ਰਹੀ ਹੈ, ਅੱਗੋਂ ਵੀ ਮਿਲੇਗੀ। ਉੱਗੇ ਲੇਖਕ ਸਰਦਾਰ ਰਾਜਿੰਦਰ ਸਿੰਘ ਜੌਲੀ ਵੱਲੋਂ ਲਿਖੀ ਗਈ ਕਿਤਾਬ ਸਰਬੰਸ ਦਾਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਰਿਲੀਜ਼ ਕੀਤਾ ਗਿਆ। ਨਵੀਂ ਦਿੱਲੀ ਦੇ ਪੰਜਾਬੀ ਬਾਗ ਵਿਖੇ ਰੱਖੇ ਗਏ ਇੱਕ ਸਮਾਗਮ ਦੇ ਦੌਰਾਨ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਜਸਵਾਲ ਸਿੰਘ, ਗਿਆਨੀ ਤਰਲੋਚਨ ਸਿੰਘ ਅਤੇ ਚੜ੍ਹਦੀ ਕਲਾ ਗਰੁੱਪ ਦੇ ਚੇਅਰਮੈਨ ਸਰਦਾਰ ਜਗਜੀਤ ਸਿੰਘ ਦਰਦੀ ਸਮੇਤ ਸਿੱਖ ਕੌਮ ਦੀਆਂ ਹੋਰ ਕਈ ਬੁੱਧੀਜੀਵੀ ਹਸਤੀਆਂ ਨੇ ਇਸ ਮੌਕੇ ਸ਼ਿਰਕਤ ਕੀਤੀ।
ਇਸ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਜਿੱਥੇ ਕਿਤਾਬ ਦੇ ਲੇਖਕ ਸਰਦਾਰ ਰਾਜਿੰਦਰ ਸਿੰਘ ਦੀ ਰੱਜ ਕੇ ਸ਼ਲਾਘਾ ਕੀਤੀ, ਉੱਥੇ ਹੀ ਉਹਨਾਂ ਕਿਹਾ ਕਿ ਇਹ ਕਿਤਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ ਨਾਲ ਜੁੜੀਆਂ ਗੱਲਾਂ ਬਾਰੇ ਅਹਿਮ ਵਿਸਥਾਰ ਦੇ ਨਾਲ ਜਾਣਕਾਰੀ ਦੇਵੇਗੀ। ਪਾਤਸ਼ਾਹ ਦਾ ਸ਼ਬਦ ਬੱਚੇ ਪੜ੍ਹ ਰਹੇ ਸੀ, ਤੁਸੀਂ ਯਕੀਨ ਕਰਨਾ ਮੈਂ ਜ਼ਿੰਦਗੀ ਆਪਣੀ ਵਿੱਚ ਨਾ ਇੰਨਾ ਆਨੰਦ ਕਦੇ ਨਹੀਂ ਮਾਣਿਆ ਜੋ ਅੱਜ ਮੈਂ ਇੱਥੋਂ ਇੱਕ ਅਗੰਮੀ ਕਿਸਮ ਦਾ ਸਾਨੂੰ ਸਰੂਰ ਮਿੱਤਰ ਪਿਆਰਿਆਂ ਨੂੰ ਹਾਲ ਮਰੀਦਾਂ ਦਾ ਕਹਿਣਾ ਜਿਹੜਾ ਸ਼ਬਦ ਪੜ੍ਹ ਰਹੇ ਸੀ, ਇੰਨਾ ਉਸਦਾ ਆਨੰਦ ਆਇਆ, ਇੰਨਾ ਆਨੰਦ ਆਇਆ ਕਿ ਮੈਂ ਆਉਂਦੇ ਸਾਰੇ ਬਿਲਕੁਲ ਸ਼ਾਂਤ ਹੋ ਗਿਆ। ਔਰ ਮੈਂ ਸੋਚਣ ਲੱਗਿਆ ਵੀ ਇਹ ਬਖਸ਼ਿਸ਼ਾਂ ਵਾਲੀ ਥਾਂ 'ਤੇ ਮੈਂ ਪਹੁੰਚ ਗਿਆ। ਸਰਦਾਰ ਮੱਖਣ ਸਿੰਘ ਨੇ ਮੇਰੀ ਟ੍ਰੇਨਿੰਗ ਕੀਤੀ, ਸਰਦਾਰ ਲੋਚਨ ਸਿੰਘ ਨੇ ਮੇਰੀ ਟ੍ਰੇਨਿੰਗ ਕੀਤੀ, ਡਾਕਟਰ ਜਸਪਾਲ ਸਿੰਘ ਜੀ ਵੀ ਬਾਲ ਸਿਖਾਈ ਮਿੱਤਰ ਨੇ ਪਿਛਲੇ 30-35 ਸਾਲਾਂ ਤੋਂ। ਔਰ ਜਦੋਂ ਸੰਗਤਾਂ ਦੇ ਇਹਨਾਂ ਨੇ ਇੰਟਰੋਡਕਸ਼ਨ ਕਰਵਾਈ, ਇਤਨੇ ਵੱਡੇ ਵੱਡੇ ਕੱਦ ਵਾਲੀ ਸੰਗਤ, ਇਤਨੇ ਪਿਆਰ ਵਾਲੀ ਸੰਗਤ ਇੱਥੇ ਜੁੜੀ ਹੈ, ਤੋ ਇਹ ਇੱਕ ਮੈਨੂੰ ਆਪਣੀ ਜ਼ਿੰਦਗੀ ਦੇ ਵਿੱਚ ਨਵਾਂ ਐਕਸਪੀਰੀਅੰਸ ਮਿਲਿਆ। ਮੈਂ ਨਵੇਂ ਇੱਥੋਂ ਪ੍ਰੇਰਨਾ ਲੈ ਕੇ ਜਾ ਰਿਹਾ ਹਾਂ ਔਰ ਬਹੁਤ ਖੁਸ਼ੀ ਮਹਿਸੂਸ ਕਰਦਾ ਹਾਂ ਕਿ ਸਰਦਾਰ ਰਜਿੰਦਰ ਸਿੰਘ ਜੋਲੀ ਨੇ ਜਿਸ ਸਿਦਕ ਨਾਲ, ਪਿਆਰ ਨਾਲ, ਭਾਵਨਾ ਨਾਲ ਦਸਮ ਪਾਤਸ਼ਾਹ ਦੀ ਜੀਵਨੀ ਨੂੰ ਇਸ ਪੁਸਤਕ ਵਿੱਚ ਬਿਆਨ ਕੀਤਾ ਹੈ, ਮੇਰਾ ਖਿਆਲ ਹੈ ਕਿ ਜਿਹੜਾ ਵੀ ਇਸ ਪੁਸਤਕ ਨੂੰ ਪੜ੍ਹੇਗਾ ਉਹ ਜ਼ਰੂਰ ਦਸਮ ਪਾਤਸ਼ਾਹ ਦੀਆਂ ਖੁਸ਼ੀਆਂ ਵੀ ਪ੍ਰਾਪਤ ਕਰੇਗਾ। ਇੱਕ ਗੱਲ ਮੈਂ ਅਖੀਰ ਵਿੱਚ ਜ਼ਰੂਰ ਕਹਾਂਗਾ ਕਿ ਮੈਂ ਕਿਉਂਕਿ ਵਾਹਿਗੁਰੂ ਕੋਲੋਂ, ਗੁਰੂ ਸਾਹਿਬ ਕੋਲੋਂ ਬਖਸ਼ਿਆ ਹੋਇਆ ਮੈਂ ਗੁਰੂ ਕਾ ਸਿੱਖ ਹਾਂ, ਕਿ ਜਦੋਂ ਸਤਿਗੁਰੂ ਜੀ ਚਮਕੌਰ ਦੀ ਗੜੀ ਛੱਡਣ ਲੱਗੇ ਅਤੇ ਸਿੱਖਾਂ ਨੇ ਹੁਕਮ ਉਹਨੂੰ ਕੀਤਾ ਛੱਡ ਜਾਓ, ਥੋੜ੍ਹੇ ਜਿਹੇ ਸਿੱਖ ਬਾਕੀ ਬਚੇ ਸਨ, ਅਤੇ ਉਹਨਾਂ ਕੀ ਕੀਤਾ ਕਿ ਇੱਕ ਸਿੱਖ ਦੀ ਸ਼ਕਲ ਮਿਲਦੀ ਸੀ ਦਸਮ ਪਾਤਸ਼ਾਹ ਨਾਲ, ਭਾਈ ਸੰਗਤ ਸਿੰਘ, ਉਹਨਾਂ ਦੇ ਸਿਰ 'ਤੇ ਆਪਣੀ ਦਸਤਾਰ ਬੰਨ੍ਹੀ ਅਤੇ ਆਪਣੀ ਕਲਗੀ ਉਹਦੇ ਸਿਰ 'ਤੇ ਲਾਤੀ ਅਤੇ ਪੰਜ ਪਿਆਰਿਆਂ ਦਾ ਹੁਕਮ ਮੰਨ ਕੇ ਬਾਹਰ ਆ ਕੇ ਤਾੜੀ ਮਾਰੀ ਕਿ ਹਿੰਦੂਆਂ ਦਾ ਪੀਰ ਜਾ ਰਿਹਾ, ਪਕੜਦਿਆਂ ਪਕੜ ਲਓ। ਤੋ ਉਹ ਭਾਈ ਸੰਗਤ ਸਿੰਘ ਜੀ ਦੇ ਪਰਿਵਾਰ ਵਿੱਚੋਂ ਦਾਸ ਜਗਜੀਤ ਸਿੰਘ ਗਰਦੀ ਤੁਹਾਡੇ ਨਾਲ ਇਹ ਆਪਣੇ ਇਤਿਹਾਸਿਕ ਵਿਰਸੇ ਦੀ ਸਾਂਝ ਕਰਨ ਦੀ ਖੁਸ਼ੀ ਲੈ ਰਿਹਾ, ਅਤੇ ਮੈਂ ਸਮਝਦਾ ਹਾਂ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਜਿਸ ਸਰੂਪ ਨੂੰ, ਸੁੰਦਰ ਸਰੂਪ ਨੂੰ ਤੁਸੀਂ ਸੰਸਾਰ ਵਿੱਚ ਪੇਸ਼ ਕੀਤਾ, ਤੁਹਾਨੂੰ ਇਹ ਦਸਮ ਪਾਤਸ਼ਾਹ ਦੀਆਂ ਉਸੇ ਤਰ੍ਹਾਂ ਖੁਸ਼ੀਆਂ ਮਿਲਣ। ਸਾਡੇ ਸਰਦਾਰ ਤਰਲੋਚਨ ਸਿੰਘ ਜੀ, ਡਾਕਟਰ ਜਸਪਾਲ ਸਿੰਘ ਜੀ, ਸਰਦਾਰ ਮੱਖਣ ਸਿੰਘ ਜੀ, ਜਿੰਨੇ ਵੀ ਸੱਜਣ ਬੈਠੇ ਹੋਏ ਨੇ ਮੇਰੇ ਪਿਆਰ ਵਾਲੇ, ਸਾਰਿਆਂ ਨੂੰ ਦਸਮ ਪਾਤਸ਼ਾਹ ਦੀ ਅਸੀਸ ਮਿਲੇ ਅਤੇ ਇਹ ਪੁਸਤਕ ਜੋ ਹੈ ਸਾਡੀ ਕੌਮ ਵਿੱਚ ਇੱਕ ਨਵੀਂ ਜਗਤੀ ਪੈਦਾ ਕਰੇ, ਇਸ ਨੂੰ ਵੱਧ ਤੋਂ ਵੱਧ ਗਿਣਤੀ 'ਚ, ਮੱਖਣ ਸਿੰਘ ਜੀ, ਸਾਡੀ ਗੁਰਦੁਆਰਾ ਕਮੇਟੀ ਜਿਹਨੇ ਬਹੁਤ ਵਧੀਆ ਕੰਮ ਕੀਤੇ ਪਿਛਲੇ 1.5 ਸਾਲ ਵਿੱਚ, ਉਹ ਵੱਧ ਤੋਂ ਵੱਧ ਸਿੱਖਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਨ। ਮੈਂ ਜੋਲੀ ਸਾਹਿਬ ਨੂੰ ਬਹੁਤ ਮੁਬਾਰਕ ਦਿੰਦਾ ਕਿ ਉਹਨਾਂ ਨੇ ਬਹੁਤ ਖੂਬਸੂਰਤ ਕਿਤਾਬ ਲਿਖੀ ਹੈ, ਔਰ ਇਹੋ ਜਿਹੀ ਕਿਤਾਬ ਲਿਖਣਾ ਔਰ ਉਸ ਕਿਤਾਬ ਨੂੰ 3 ਭਾਸ਼ਾਵਾਂ ਵਿੱਚ ਪੇਸ਼ ਕਰਨਾ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਗੱਲ ਹੈ। ਤੋ ਜਿੰਨੀ ਮੁਬਾਰਕ, ਜਿੰਨਾ ਧੰਨਵਾਦ ਜੋਲੀ ਸਾਹਿਬ ਦਾ ਕਰੀਏ, ਮੈਂ ਸਮਝਦਾ ਕਿ ਉਹ ਘੱਟ ਹੋਵੇਗਾ। ਮੈਂ ਬਹੁਤ ਬਹੁਤ ਮੁਬਾਰਕ ਉਹਨਾਂ ਨੂੰ ਦੇਣੀ ਚਾਹੁੰਦਾ। ਮੇਰੀ ਇੱਕ ਬੇਨਤੀ ਵੀ ਹੈ, ਮੈਂ ਕਿਤਾਬ ਨੂੰ ਪੜ੍ਹਿਆ, ਤਕਰੀਬਨ ਸਾਰੀ ਹੀ ਪੜ੍ਹ ਲਈ ਹੋਣੀ, ਹੋ ਸਕਦਾ ਕਿ ਕੋਈ ਹਿੱਸਾ ਰਹਿ ਗਿਆ ਹੋਵੇ। ਬਹੁਤ ਨਾਯਾਬ ਕਿਤਾਬ ਹੈ ਔਰ ਬੜੇ ਕਹਿ ਸਕਦਾ ਕਿ ਬਹੁਤ ਕਲੈਰਿਟੀ ਨਾਲ ਜਿਹੜੇ ਸਵਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਜ਼ਿੰਦਗੀ ਨਾਲ ਜੁੜੇ ਹੋਏ ਔਰ ਲਾਰਜਰ ਤੌਰ 'ਤੇ ਮੈਂ ਕਹਾਂ ਕਿ ਉਸ ਪੀਰੀਅਡ ਨਾਲ ਜੁੜੇ ਹੋਏ। ਇਹ ਬੜਾ ਅੱਛਾ ਸਮਾਗਮ ਹੀ ਹੈ, ਕਿਉਂਕਿ ਅਮਰੀਕਾ ਤੋਂ ਆ ਕੇ ਆਪਣੇ ਖਰਚ 'ਤੇ
ਕਿਤਾਬ ਲਿਖ ਕੇ ਅਤੇ ਉਹਦਾ ਰਿਲੀਜ਼ ਕਰਾਉਣ ਤੁਹਾਡੇ ਕੋਲ ਜਾਲੀ ਸਾਹਿਬ ਆਪ ਆਉਂਦੇ ਕਿੱਡੀ ਵੱਡੀ ਮੈਂ ਸਮਝਦਾ ਕਿ ਉਹਨਾਂ ਦੀ ਇਹ ਸੇਵਾ ਹੈ, ਕੰਟਰੀਬਿਊਸ਼ਨ ਹੈ। ਔਰ ਜਿਵੇਂ ਸਰ ਮੱਖਣ ਸਿੰਘ ਨੇ ਬੜੇ ਡਿਟੇਲ ਵਿੱਚ ਪਹਿਲਾਂ ਹੀ ਤੁਹਾਨੂੰ ਸਾਰਿਆਂ ਨੂੰ ਇਸ ਬਾਰੇ ਦੱਸਿਆ, ਸੋ ਮੈਂ ਵੀ ਇਸ ਗੱਲ ਦੀ ਬਹੁਤ ਸ਼ਲਾਘਾ ਕਰਦਾ ਕਿ ਦੂਜੀ ਵਾਰ ਜਾਲੀ ਸਾਹਿਬ ਦੇ ਨਾਲ ਅੱਜ ਇਹ ਦਰਸ਼ਨ ਹੋ ਰਹੇ ਹਨ। ਭਰਾਵੋ ਜਿੰਨੇ ਵੀ ਬੈਠੇ ਹੋ, ਸਾਰੇ ਹੀ ਚੰਗੇ ਗੁਰੂ ਘਰ ਦੇ, ਜਿਤਨੀ ਤੁਹਾਡੀ ਸ਼ਰਧਾ ਹੈ, ਜਿੰਨਾ ਪਿਆਰ ਹੈ, ਜਿੰਨੀ ਸੇਵਾ ਕਰਦੇ ਹੋ, ਮੈਨੂੰ ਦੌੜਨ ਦੀ ਲੋੜ ਨਹੀਂ। ਸੋ ਇਸ ਬੁਲੇਟਿਨ ਵਿੱਚ ਫਿਲਹਾਲ ਇੰਨਾ ਹੀ, ਕੁਝ ਹੋਰ ਖਬਰਾਂ ਲੈ ਕੇ ਫਿਰ ਮਿਲਾਂਗੇ, ਤਦ ਤੱਕ ਲਈ ਇਜਾਜ਼ਤ ਦਿਓ।